ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ ਸੋ ਕਰ ਲਓ ਸਬਸਕ੍ਰਾਈਬ। ਮੋਗਾ ਵਿੱਚ ਦਿਨ ਦਿਹਾੜੇ ਪਤੀ ਵੱਲੋਂ ਪਤਨੀ ਦਾ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਗੋਦੇਵਾੜਾ ਸਟੇਡੀਅਮ ਦੇ ਕੋਲ ਵਾਪਰੀ ਦੱਸੀ ਜਾ ਰਹੀ ਹੈ। ਪਤਨੀ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਘਰ ਵਾਪਸ ਪਰਤ ਹੀ ਰਹੀ ਸੀ ਕਿ ਰਾਸਤੇ ਵਿੱਚ ਹੀ ਪਤੀ ਸੰਜੂ ਨੇ ਉਸਦੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਸੰਜੂ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਲਗਭਗ 10 ਸਾਲ ਪਹਿਲਾਂ ਮੁਲਜ਼ਮ ਸੰਜੂ ਉਹਨਾਂ ਦੀ ਲੜਕੀ ਨੂੰ ਘਰੋਂ ਭਜਾ ਕੇ ਲੈ ਗਿਆ ਸੀ। ਉਧਰ ਵਾਰਦਾਤ ਦੀ ਸੂਚਨਾ ਮਿਲਦੇ ਸਥਾਨਕ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮਹਿਲਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫਤ 'ਚੋਂ ਫਰਾਰ ਹੈ। ਉਹਨੂੰ ਵੀ ਸੂਚਨਾ ਮਿਲੀ ਹੈ ਵੀ ਇੱਕ ਲੇਡੀ ਦੇ ਕੋਈ ਅਨਨੋਨ ਪਰਸਨ ਜਿਹੜਾ ਉਹ ਚਾਕੂ ਮਾਰ ਕੇ ਦੌੜ ਗਿਆ ਅਤੇ ਉਹਨੂੰ ਐਂਬੂਲੈਂਸ ਦਾ ਇੰਤਜ਼ਾਮ ਕਰਕੇ ਉਹਨੂੰ ਹੋਸਪਿਟਲ ਪਹੁੰਚਾਇਆ ਸੀਗਾ। ਉਹਦਾ ਹੁਣ ਉਹਦਾ ਪਤਾ ਕਰ ਰਹੇ ਸੀ ਮਹੱਲੇ 'ਚ ਵੀ ਲੇਡੀ ਕੌਣ ਹੈ। ਉਹਦਾ ਪਤਾ ਲੱਗਾ ਇੱਥੇ ਮਹੱਲੇ ਦੇ ਵਿੱਚੋਂ ਵੀ ਇੱਕ ਜੋਤੀ ਨਾਂ ਦੀ ਲੜਕੀ ਸੀਗੀ ਜਿਹਨੇ ਆਪਦੀ ਮਰਜ਼ੀ ਨਾਲ ਘਰਦਿਆਂ ਤੋਂ ਬਾਹਰ ਹੋ ਕੇ ਇੱਕ ਯੂਪੀ ਦੇ ਲੜਕੇ ਜਿਹੜਾ ਜਿਹਦਾ ਨਾਮ ਸੰਜੂ ਹੈ ਉਹਦੇ ਨਾਲ ਉਹਨੇ ਸ਼ਾਦੀ ਕਰਵਾਈ ਸੀ ਕਰੀਬ ਪਿਛਲੇ 10 ਸਾਲ ਤੋਂ ਅਤੇ ਇਹਨਾਂ ਦਾ ਆਪਸ ਝਗੜਾ ਚੱਲਦਾ ਸੀ। ਇਹਨਾਂ ਦੇ ਪਰਿਵਾਰ ਨੂੰ ਇਹ ਸ਼ੱਕ ਹੈ ਵੀ ਉਹ ਸੰਜੂ ਨੇ ਜਿਹੜਾ ਇਹਦਾ ਮਰਡਰ ਕੀਤਾ। ਬਾਕੀ ਜਿਹੋ ਜਿਹੇ ਕੋਈ ਤੱਤ ਸਾਹਮਣੇ ਆਏ ਤਾਂ ਤੁਹਾਨੂੰ ਜ਼ਰੂਰ ਜਾਣਦੇ। ਇਹਦੇ 'ਚ ਪਿਛਲੇ ਪਾਸੇ ਹੈਗਾ ਝਾੜੀਆਂ ਬੂਟੀਆਂ ਹੈ ਅਤੇ ਆਮ ਲੋਕ ਆਉਂਦੇ ਜਾਂਦੇ ਅਤੇ ਖੜ੍ਹੇ ਰਹਿੰਦੇ ਆ, ਸਾਈਕਲਾਂ 'ਤੇ ਗੱਲਾਂ ਬਾਤਾਂ ਕਰਦੇ ਸੀਗੇ, ਇਹ ਗੱਲਾਂ ਬਾਤਾਂ ਕਰਦੇ ਆ ਅਤੇ ਉਹ ਕੋਈ ਜਾਣਕਾਰੀ ਪਤਾ ਨਹੀਂ। ਉਹ ਤੋਂ ਸਾਹਮਣੇ 3-4 ਮੁੰਡੇ ਬੈਠੇ ਸੀਗੇ ਛੱਡ 'ਤੇ, ਉਹ ਛੱਡਦੇ ਬੈਠੇ ਮੁੰਡੇ ਅਤੇ ਉਹਨਾਂ ਨੇ ਰੌਲਾ ਪਾਇਆ ਕੁੜੀ ਮਾਰਦੀ ਕੁੜੀ ਮਾਰਦੀ। ਮੈਂ ਅੰਦਰ ਚਾਹ ਪੀਣ ਲੱਗਿਆ, ਮੈਂ ਚਾਹ ਛੱਡ ਕੇ ਆਇਆ ਅੰਦਰੋਂ ਆ ਸੋਟੇ ਲੈ ਕੇ ਅਤੇ ਇਹ ਕਹਿੰਦੇ ਵੀ ਉਹ ਤੈਨੂੰ ਭੱਜ ਗਿਆ, ਸਿੱਧਾ ਹੀ ਭੱਜ ਗਿਆ GT ਰੋਡ ਨੂੰ। ਉਹ ਤਾਂ ਇਕੱਲਾ ਹੀ ਸੀ ਬੰਦਾ। ਕੋਈ ਹਥਿਆਰ ਵਗੈਰਾ ਵੀ ਸੀ ਉਹਦੇ ਕੋਲ? ਉਹ ਕਰਦੇ ਪਈ ਆ, ਸਾਹਮਣੇ ਦਿਖਾਈ ਹੋਈ ਆ, ਕਰਦੇ ਪਈ ਦਿਖਾਈ ਆ। ਅੱਛਾ, ਕੁੜੀ ਦਾ ਪਤਾ ਲੱਗਾ ਹੀ ਕੌਣ? ਨਹੀਂ, ਇਹ ਨਹੀਂ ਪਤਾ। ਇਹ ਕੁੜੀ ਨੂੰ ਆ ਕੇ ਯਾਰ ਇੱਥੇ ਬੱਚੇ ਛੱਡਣ ਜਾਂਦੇ, ਇਹ ਰਹਿੰਦੀ ਇੱਧਰ ਆ ਅਤੇ ਉੱਥੇ ਬੱਚੇ ਉੱਧਰ ਪੜ੍ਹਦੇ ਆ ਕਨਵੇ ਸਕੂਲ 'ਚ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।